الرحمن الرحيم. يا مسير الصمت والخلف الهجة، أيها القائم المنتظر المهدي عليه الصلاة والسلام، أدركني بحق الجد وأتك سيدة النساء العالمين، وبحق دم المظلوم عليه الصلاة والسلام، كائنات تماري الله پاک حسین وصفا فرش عزا قبول فرما. میرا مرحومین واسطے اہتمام ہے، خالق مالک جنت اعلی مقام عطا فرما. بادشاہ حسین کے جتنے حکمدار مرد مستورات سادات غیر سادات دنیا چھوڑ کے قبر منور فرما، جتنے زندہ ہیں زندگی اندراز فرما، اولاد جھولیاں آباد فرما، بے روزگار برسر روزگار فرما، مریض مالک شفا عطا فرمائے. پاک حسین دے اڑے گھر دے صدقہ میں سارے زداراں دے گھراں تے خصوصی رحمت فرمائے. میرے سردار حیدر علی خان کو پورے خاندان نال حسین آباد شاد رکھ، ہر دل دی نیک تمنا پوری فرما. مائے میرا حسین سارے میرے مہربان ہیں، مالک سارے دے نیک اللہ یاد کرے، عزاداری دربار صاحب فرمائے، جنازے دربار سے نہ فرماوے، بعد دربار سے نہ فرماوے، حق امام زمان محمد ایک صلوات پڑھو جو کیا ہے بسم اللہ الرحمن الرحیم. فجر دے سید لٹی جان لگے، لتھائی ویندی شرفا کو لازد کی ہوئے، فجر دے سیاد لٹی جان لگے، لتھائی ویندی شرفا کو کچھ دہشت تو رول بال گئے، پے گولنے آن دی ماں بسم اللہ کرا، کچھ دہشت تو رول بال گئے، پے گولنے آن دی ماں، ایک ہاتھ وچ انگل باسو ماندی ودی سڈ مارے کبرا کو، ایک ڈوبا لاندیا لاشا لبھیا، آ پتر بیمار جوات حاضری مقصد ہی تھی گئی کیڑی شے ہے جڑی تو کو یاد آئے جی، کوئی بات نہیں، گھر کا دکھ ہوے یا سکھ ہوے، سردار صاحب چار کہیں جعفری صاحب اماد دل تے قیامت مانگے گزر دن، جہاں دے چھوٹے بال ہوئے تے گھر چ نہ نظرن، پہلا ٹائم ڈی نہ ونجے چھوٹے بال گھر چ نہ نظرن، ماں کو ہوش نہیں ہوندا ہمسائیں کنے پوچھ لیے، دوجھا ٹائم سرخ اندھاری آوجے گھر چ بال نہ ہوون، ماں گلیاں چ ودی گلیندی ہوندی ہے، تریجھا ٹائم کہ گھر چ لٹ پے ونجے، ماں کوشش کریں گی میری جائیداد لٹ گھنو، میرے نکے بالک کچھ نہ کھائے، چوتھا ٹائم اللہ نہ کرے کہیں گھر کو بھا لگ ونجے، ماں کوشش کریں گی جائیداد سڑے انہیں بالے کو بچاواں جڑے اپنے آپ ٹر ہی نہیں سکتے،
ਇਹ ਚਾਰੇ ਟਾਈਮ ਇਕੱਠੇ ਆਏ ਅਲੀ ਦੀ ਧੀ ਤੇ ਕਰਬਲਾ ਵਿੱਚ ਉਹਨੂੰ ਨੀਲ ਹੈਗੀ ਆ, ਉਹਨੂੰ ਸੁਰ ਖੰਡਾਰੀ ਚੱਲ ਪਈ, ਉਹਨੂੰ ਲੁੱਟਣ ਵਾਲੇ ਆ ਗਏ, ਉਹਨੂੰ ਖਿਆਮ ਕੁਭਾ ਲੱਗੇ। ਅੱਲਾ ਜ਼ਿੰਦਗੀ ਫਰਮਾਵੇ, ਹੈ ਕਰਨ ਵਾਲੇ ਆ ਮੌਲਾ ਕਹਿੰਦਾ ਮੁਹਤਾਜ ਨਾ ਫਰਮਾਵੇ। ਕਿਬਲਾ ਹਮੀਦ ਹਜੇ ਮੈਂ ਨਿੱਠਾ, ਹਰ ਪਾਸੋਂ ਬਾਹਰ ਦੇ ਛੋਲੇ ਹਨ, ਇੱਕ ਮਜ਼ਦੂਰ ਹੈ ਜਿਹੜੀ ਕੋਸ਼ਿਸ਼ ਕਰਨ ਦੀ ਹੈ ਬਲਦੀ ਬਾਹ 'ਚ ਵੰਜਾਂ, ਛੋਲੇ ਵੰਜਣ ਨਹੀਂ ਦਿੰਦੇ। ਜਾਂ ਕਿ ਬੀਬੀ ਜਿਹੜੀ ਸ਼ਹਿਰ ਰਹਿ ਗਈ ਸੜਨ ਦੇ, ਮੇਰੀ ਸੈਣਾ ਦੀ ਇੱਥੇ ਕੁੱਚਾ ਪੱਤਾ ਮੇਰਾ ਕਿਤਨਾ ਕੀਮਤੀ ਸਰਮਾਇਆ ਹੀ ਬਾਹ 'ਚ। ਹਮੀਦਾ ਦੇ ਤਵੱਕਲ ਦੀ ਕਮਰ ਬੱਧੀ, ਨਾਰੇ ਤਕਬੀਰ ਬੁਲੰਦ ਕੀਤਾ, ਬਲਦੀ ਬਾਹ 'ਚ ਰੱਖ ਦਿੱਤਾ। ਜਦੋਂ ਗਈਏ ਤਾਂ ਕੱਲੀ ਆਈ, ਜਦੋਂ ਵੱਲੀਏ ਤਾਂ ਕੰਡ ਤੇ ਇੱਕ ਬਿਮਾਰ ਚਾਈ ਵਧੀ ਆਈ। ਮਕਤਲ ਮੂੰਹ ਕਰਕੇ ਆਦੀ, ਮੇਕੂ ਤਾਂ ਮਾਂ ਸੱਦਣ ਵਾਲਾ ਹੀ ਕੋਈ ਨਹੀਂ, ਬਲਦੀ ਬਾਹ 'ਚ ਤੇਰੀ ਨਸਲ ਬਚਾਈ ਆਉਂਦੀ ਆ। ਤੇਰੇ ਬਿਮਾਰ ਕੋ ਤੇਰੀ ਹਯਾਤੀ ਹੋਵੇ, ਤੇਰੇ ਬਿਮਾਰ ਕੋ ਚਾਈ ਆਉਂਦੀ ਆ। ਡੂ ਡੂ ਮੀਲ, ਤ੍ਰੈ ਤ੍ਰੈ ਮੀਲ ਤੋਂ ਭੀਰਾ ਦੇ ਯਤੀਮ ਇਕੱਠੇ ਕੀਤੇ ਨੇ, ਕੋਈ ਜੀਂਦੇ ਕਿਨਾਂ ਦੀਆਂ ਲਾਸ਼ਾਂ। ਇੱਕ ਗੱਲ ਮੈਂ ਪੁੱਛਦਾ, ਜਿਹੜੇ ਔਲਾਦ ਵਾਲੇ ਬੈਠੇ ਹੋ, ਜਿਹੜੇ ਘਰ 'ਚ ਡੂ ਬੱਚੇ ਹੋਵੇ, ਮਖਦੂਮ ਸਾਹਿਬ ਬੋਲੀ ਬੋਲਣ ਜੋਗੇ ਖਾਨ ਸਾਹਿਬ, ਉਹਨਾਂ ਬਾਲਾਂ ਤੋਂ ਜੇ ਤਾਈਂ ਨੇਂਦਰ ਨਾ ਆਵੇ, ਅਲੇਂਦੇ ਰਹਿ ਰਹੇ ਨੇ। ਕਹਿੰਦੇ ਜਵਾਨ ਪੁੱਤਰ ਦੀ ਲਾਸ਼ ਵਿਹੜੇ 'ਚ ਪਈ ਹੋਵੇ, ਬਾਲਾਂ ਕੋ ਪਤਾ ਹੀ ਨਹੀਂ ਆਉਂਦਾ, ਉਹ ਆਪਣੀ ਖੇਡ 'ਚ ਖੁਸ਼ ਹੁੰਦੇ ਨੇ, ਅਲੇਂਦੇ ਰਹਿ ਬਹਿੰਦੇ। ਮੇਰੇ ਸਿਰ 'ਤੇ ਕੁਰਾਨ 'ਚ ਰੱਖਾ, ਸਾਡੀ ਮਿਲਤ ਦਾ ਬਹੁਤ ਬੜਾ ਜ਼ਿੰਮੇਦਾਰ ਬੰਦਾ ਔਰ ਸਾਡੇ ਬਜ਼ੁਰਗ ਭਾਈ ਤਸ਼ਰੀਫ ਰੱਖਦੇ ਸ਼ਾਹ ਸਾਹਿਬ, ਕੂੜ ਮਾਰਾਂ ਇਮਾਮ ਮਾਫ ਨਾ ਕਰੇ। 10 ਮੁਹਰਮ 84 ਯਤੀਮ ਸ਼ਾਮ ਦੇ ਟਾਈਮ ਟਿੱਬਿਆਂ 'ਚ ਚੁੱਪ ਕਰਕੇ ਬੈਠੇ ਹਨ, ਬੁਲੇਂਦੇ ਨਾ ਜੋ ਮੱਥਾ ਕੋਈ ਜੀਣਾ ਚੜੇ ਵੇ, ਪਾਣੀ ਨਾ ਮੰਗਦੇ ਹਨ ਜੋ ਗਾਜ਼ੀ ਕੁਸ ਗਿਆ। ਅੱਧ ਰਾਤ ਤਾਈਂ ਤਾਂ ਮੇਰੀ ਮਖਦੂਮਾ ਡਿੱਠਾ ਠੰਡਾ ਸਾਹ ਭਰ ਗਿਆ ਦੀ, ਅੰਮਾ ਅੰਮਾ ਫਿਜ਼ਾ ਆਖੇ ਤਾਂ ਮੈਂ ਪਹਾਰਾ ਦੇਵਾਂ। ਫਿਜ਼ਾ ਦੀ ਦਾਈ ਮਰੀ ਵਸਦਾ ਦੇਖ ਦਿੱਤਾ, ਹਾਂ ਉਜੜਦਾ ਨਾ ਦੇਖਾਂ, ਹਾਂ ਨਾ ਮੰਗਾ ਜ਼ਿੰਦਗੀ ਤਾਂ ਚੰਗਾ, ਹਾਂ ਤੂੰ ਤਾਂ ਉੱਚਾ ਕੁਰਾਨ ਹੀ ਨਵੇਂ ਪੜ੍ਹਦੀ, ਇਹ ਕਿਵੇਂ ਪਹਾਰਾ ਦੇਸੇ। ਠੰਡਾ ਸਾਹ ਭਰ ਗਿਆ ਦੀ, ਅੰਮਾ ਮੈਂ ਜ਼ਿੰਦਗੀ 'ਚ ਤਾਂ ਡੂ ਲਹਿਜੇ ਪਕਾਏ, ਇੱਕ ਬਾਬੇ ਦਾ ਦੂਜਾ ਗਾਜ਼ੀ ਦਾ। ਮਾਂ ਪੁੱਛਸ ਬਾਬੇ ਦਾ ਲਹਿਜਾ ਕਿਉਂ ਪਕਾਈ, ਰੋ ਕੇ ਆਦੀ ਮਤਾ ਸ਼ਰਾਬੀ ਦੇ ਦਰਬਾਰ 'ਚ ਪਿਓ ਦੇ ਲਹਿਜੇ 'ਚ ਖੁਤਬਾ ਪੜ੍ਹਨਾ ਪਵੇ, ਤੇ ਅੱਬਾਸ ਦਾ ਲਹਿਜਾ ਇਹ ਵਾਸਤੇ ਪਕਾਏ, ਮਤਾ ਗਾਜ਼ੀ ਦੇ ਬਾਅਦ ਪਹਾਰਾ ਦੇਵਣਾ ਪਵੇ। ਬਸ ਖਤਮ, ਪਹਿਲਾ ਚੱਕਰ ਵਲੀ ਅਲ ਹਾਫਿਜ਼ ਵਲ ਹਫੀਜ਼, ਮਕਤਲੇ ਸ਼ਹਦਾ ਦੀਆਂ ਲਾਸ਼ਾਂ ਤੜਫ ਗਈਆਂ, ਨੂੰ ਨਿੱਕੇ ਨਿੱਕੇ ਹੱਥ ਕਦਮਾਂ ਤੇ ਆਏ, ਸੈਣ ਤੁਸਾਂ ਸੰਭੋ ਵੋ ਪਹਾਰਾ ਸਾਡੇ ਦੀ ਆਏ, ਝੁੱਕ ਕੇ ਆਦੀ ਕੌਣ ਅਹਿਸਾਨ ਕਰਨ ਵਾਲੀਆਂ, ਰੋ ਕੇ ਆਦੀ ਤੇਰੇ ਨੌਕਰ ਅੱਬਾਸ ਦੀਆਂ ਧੀਆਂ ਹੈ। ਸਾਹਮਣੇ ਘੋੜੇ ਸਵਾਰ ਡਿੱਠੇ ਸੀ, ਹਰ ਸ਼ੈ ਜਾਣਦੇ ਹਨ ਕਿਬਲਾ, ਸਭ ਕੁਝ ਸਮਝਾਵਣ ਮਕਸਦ ਹਾ। ਅਮਾ ਫਿਜ਼ਾ ਵਾਂਝ ਘੋੜੇ ਸਵਾਰ ਕੋ ਆਖ, ਮੇਰੇ ਕੋਲ ਕੁਝ ਨਹੀਂ ਰਹਿ ਗਿਆ, ਮੈਂ ਔਖੇ ਸਮਾਇਨ ਭਿਰਾ ਦੇ ਯਤੀਮ। ਘੋੜੇ ਸਵਾਰ ਨਾ ਰੁਕਿਆ, ਅਲੀ ਦੀ ਬਹਾਦਰ ਦੀ ਸਰਦਾਰ ਸਾਹਿਬ ਉੱਤੇ ਵਧੀ, ਇੱਕ ਹੱਥ ਘੋੜੇ ਦੀ ਬਾਗ ਵਿੱਚ ਪੈਸ, ਦੂਜਾ ਹੱਥ ਸਰ ਤੇ ਰੱਖਿਆ, ਹੱਕਲ ਮਾਰ ਕੇ ਆਦੀ ਰੁਖ ਦੇ ਜਾਂ ਮੈਂ ਗਾਜ਼ੀ ਕੋ ਜ਼ਿੰਦਗੀ ਗਿਲਾ ਦੇਵ। ਜਦੋਂ ਗਾਜ਼ੀ ਦੀ ਜ਼ਿੰਦਗੀ ਦਾ ਨਾਮ ਹੈ, ਘੋੜੇ ਸਵਾਰ ਦਾ ਮੱਥਾ ਕੋਈ ਤੇ ਲੱਗ, ਫਰਮਾਉਂਦੇ ਨੇ ਮੇਰੇ ਪੁੱਤਰਾਂ ਤੋਂ ਵੱਧ ਵੰਜਣ ਵਾਲੀ ਬਛੜੀ, ਮੈਂ ਲੁੱਟਣ ਵਾਲਾ ਨਹੀਂ ਤੇਰਾ ਬਾਬਾ ਲੀਆ, ਮੈਂ ਤੇ ਕੁਭੀਰਾਵਾਂ ਦੀ ਮੁਕਾਨ ਦੇ ਵਾਲਾ ਆ। ਉਥਾਈ ਜਿੱਥਾਂ ਚੂਹੇ ਮਜ਼ਦੂਰ ਤਾਜ਼ੀ ਉਜੜੀ ਬੈਠੀ ਆਈ ਆ, ਇੱਕ ਬੀਬੀ ਦੇ ਅੱਗੋਂ ਹੱਥ ਬਾਤ ਕੇ ਆਦੀ ਕਹਿ ਕੋਲ ਬਚ ਗਈ ਓਏ, ਉਹ ਮੈਂ ਕੋ ਚਾਦਰ ਲਿਆ ਮੇਰਾ ਬਾਬਾ ਹੀ ਆ ਗਏ।
ਪੈਦਾ ਤੇਰੀ ਨੌਕਰਾਣੀ ਦਾ ਪੁੱਤਰਾ ਚਾਦਰ ਮਿਲੀ ਨਹੀਂ ਖਾਕੇ ਸ਼ਿਫਾ ਦਾ ਪਰਦਾ ਬਣਾਏ ਬੀਬੀਆਂ ਹੀ ਵੀ ਆਈਆਂ ਜਿਵੇਂ ਤੱਸਾ ਪਾਣੀ ਤੇ ਆਂਦੇ ਕੋਈ ਅਜੇ ਸਰਦਾਰ ਮੇਰਾ ਡਾਲੀ ਲਾਹਦਾ ਖੁਸ ਗਏ ਸਿਆਦਾ ਦੇ ਤੇਰੇ ਅਕਬਰ ਦੇ ਅਰਮਾਨ ਕੋਈ ਅਜੇ ਸਰਦਾਰ ਮੇਰਾ ਜੀਂਦਾ ਹੱਥ ਘੋੜੇ ਭੱਜ ਗਏ ਸਿਆਦਾ ਦੇ ਤੇਰੇ ਕਾਸਮ ਦੇ ਅਰਮਾਨ ਪੁੱਛਣ ਦੀ ਮੇਰੀ ਉਹ ਨੋਹ ਕਿੱਥੇ ਬਾਬਾ ਕਿਹੜੀ ਅਲੀ ਫਰਮੈਂਦਨ ਮਦੀਨੇ ਗਰਮ ਹਵਾ ਚੱਲਿਆ ਮੇਰਾ ਹੁਸੈਨ ਬਾਰੀਆਂ ਬੰਦ ਕਰੇਗਾ ਅਸਰ ਦੀ ਮਾਂ ਤੂੰ ਗਰਮ ਹਵਾ ਨ ਲੱਗੇ ਮੌਲਾ ਮਿੱਟੀ ਤੇ ਵਿੱਚ ਮੇਰਾ ਇਮਾਮ ਕਰੀਬ ਹੈ ਫਰਮੈਂਦਨ ਰਬਾਬ ਹੱਥ ਬਨ ਕੇ ਆਦੀਏ ਜੀ ਨਵਾਬਾਂ ਦਾ ਨਵਾਬ ਸਿਆਦਾ ਦੇ ਹਰ ਬੱਚਾ ਜੋ ਮਿਲੇ ਮੇਰੀ ਸਕੀਨਾ ਕਿਨ ਗਈ ਹੈ ਆਲੀਏ ਬਾਬਾ ਹੁਣੇ ਤਾਂ ਮੌਜੂਦ ਹੀ ਜਿਹੜੇ ਵੇਲੇ ਦੇ ਤੁਸਾਂ ਆਇਓ ਮਖਤਲੇ ਦੌੜ ਗਈ ਏ ਲਾ ਜਾਣੇ ਅਸਰ ਕੁਚਾ ਬਣ ਗਈ ਏ ਯਾ ਕੁੱਠੇ ਹੋਏ ਬਾਬੇ ਕੁੱਡ ਸਣ ਗਈ ਏ ਮੇਰਾ ਇਮਾਮ ਤੁਰ ਪਏ ਆਉਣ ਕੇ ਡਿੱਠੇ ਚੌਂ ਸਾਲਾਂ ਦੀ ਮਾਸੂਮਾ ਕਰਬਲਾ ਦੀ ਰੇ ਚਾ ਕੇ ਜ਼ਖਮੀ ਕੰਨਾਂ ਕੋ ਬੈਠੀ ਲੈਂਦੀ ਏ ਮਤਾ ਰੱਤ ਰੁਕ ਵੰਜੇ ਜਦਾ ਡਾਡੇ ਤੇ ਦੀਨ ਪਈ ਏ ਜ਼ਮੀਨ ਤੇ ਲਕੀਰਾਂ ਮਾਰ ਕੇ ਆ ਦੀ ਏ ਮਾਸੂਮਾ ਪੱਕ ਲੱਗ ਗਈ ਤੇਰਾ ਬਾਬਾ ਗਰੀਬ ਏ ਅਲੀ ਫਰਮਾਨ ਹਰ ਬੱਚਾ ਜੋ ਮਿਲੇ ਤੂੰ ਕਿਉਂ ਨਾ ਮਿਲੀ ਆ ਜੀ ਦਾਦਾ ਰੁੱਸਦੇ ਹੋਏ ਜਿਹੜੇ ਕਹਿੰਦੇ ਕੁਝ ਲੱਗਦੇ ਹੋਏ ਮੈਂ ਹੂੰ ਮੁਸਾਫਿਰ ਦੀ ਧੀਆ ਜਿਹਦੇ ਕਾਤਿਲ ਦਾ ਹੱਥ ਨੱਪਣ ਵਾਲਾ ਕੋਈ ਨਾ ਇਤਨਾ ਜ਼ਰੂਰ ਆਦੀਆਂ ਆਪਣੀ ਧੀ ਪਹਾਰਾ ਦਿੱਤਾ ਕਬਰ ਛੁੱਟ ਗਈ ਆਈ ਜਦਾ ਮੇਰਾ ਬਾਬਾ ਮਰੀ ਨਾ ਰਹਿ ਉਹ ਮੈਂ ਸੜੇ ਦੀ ਰਹੀਆਂ ਆਦੀ ਰਹੀਆਂ ਡਾਡਾ ਮੇਰਾ ਬਾਬਾ ਕੱਲਾ ਪੀਆ ਮਰੀ